ਤੁਸੀਂ ਵੇਖ ਰਹੇ ਹੋ ਪੰਜ ਦਰੇ ਨਿਊਜ਼ ਐਂਟਰਟੇਨਮੈਂਟ। ਦੋਸਤੋ ਇੱਕ ਟਾਈਮ ਸੀ ਜਦੋਂ ਪੰਜਾਬੀ ਇੰਡਸਟਰੀ ਦਾ ਦੌਰ ਬਹੁਤ ਘੱਟ ਸੀ, ਪਰ ਜੇ ਗੱਲ ਕਰੀਏ ਅੱਜ ਦੀ ਤਾਂ ਅੱਜ ਦੇ ਟਾਈਮ ਦੇ ਵਿੱਚ ਪੰਜਾਬੀ ਇੰਡਸਟਰੀ ਦਾ ਪੂਰੀ ਦੁਨੀਆ ਦੇ ਵਿੱਚ ਟ੍ਰੈਂਡ ਚੱਲ ਰਿਹਾ ਹੈ। ਜੀ ਬਿਲਕੁਲ ਦੋਸਤੋ, ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਟੌਪ 5 ਐਕਟਰ ਦੀ। ਜੀ ਬਿਲਕੁਲ, ਜਿਨ੍ਹਾਂ ਨਾਲ ਲੋਕਾਂ ਨੂੰ ਬੇਸਬਰੀ ਨਾਲ ਉਹਨਾਂ ਦੀ ਫਿਲਮ ਦਾ ਇੰਤਜ਼ਾਰ ਰਹਿੰਦਾ ਹੈ। ਨੰਬਰ 1, ਦਲਜੀਤ ਦੋਸਾਂਝ। दलजीत दोसांझ ने अपने करियर की शुरुआत एक पंजाबी गायक वजो की सी। अपने फैंस का दिल जीतने तो बाद उन्होंने 2011 दे विच फिल्म द लायन ऑफ पंजाब नाल बॉलीवुड दे विच अपनी शुरुआत की, अते उस तो बाद उन्होंने कदे भी पिछे मुड़ के नहीं देखा। ਉਹ ਜੱਟ ਐਂਡ ਜੂਲੀਅਟ 1984 ਦੇ ਦੰਗੇ ਅਤੇ ਹੋਰ ਬਹੁਤ ਸਾਰੀਆਂ ਹਿੱਟ ਤੋਂ ਬਾਅਦ ਹਿੱਟ ਫਿਲਮਾਂ ਲੈ ਕੇ ਆਏ ਸੀ। ਉਸ ਤੋਂ ਬਾਅਦ ਦਲਜੀਤ ਨੇ 2016 ਦੇ ਵਿੱਚ ਉੜਤਾ ਪੰਜਾਬ ਦੇ ਵਿੱਚ ਆਪਣਾ ਬਾਲੀਵੁੱਡ ਡੈਬਿਊ ਕੀਤਾ। ਦਲਜੀਤ ਦੀ ਅਦਾਕਾਰੀ ਦੇ ਹੁਨਰ ਨੇ ਬਾਲੀਵੁੱਡ ਵਿੱਚ ਹੀ ਨਹੀਂ ਬਲਕਿ ਇੰਟਰਨੈਸ਼ਨਲ ਸਟਾਰਸ ਦੇ ਨਾਲ ਵੀ ਧੂਮ ਮਚਾਈ ਹੈ। ਨੰਬਰ 2, ਅਮਰਿੰਦਰ ਗਿੱਲ। ਅਮਰਿੰਦਰ ਗਿੱਲ ਇੱਕ ਚੰਗੇ ਗਾਇਕ ਤੇ ਅਦਾਕਾਰ ਹੋਣ ਦੇ ਨਾਲ ਨਾਲ ਫਿਲਮ ਨਿਰਮਾਤਾ ਵੀ ਨੇ। ਉਹਨਾਂ ਨੂੰ ਹੁਣ ਤੱਕ 24 PTC ਪੰਜਾਬੀ ਫਿਲਮ ਅਵਾਰਡਸ ਲਈ ਨਾਮਜ਼ਦ ਵੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 7 ਨੂੰ ਸਰਵ ਉੱਤਮ ਅਦਾਕਾਰ ਵਜੋਂ ਅਤੇ 2 ਨੂੰ ਸਰਵ ਉੱਤਮ ਪਲੇਬੈਕ ਗਾਇਕਾ ਲਈ ਨਾਮਜ਼ਦ ਵੀ ਕੀਤਾ ਗਿਆ। ਅਮਰਿੰਦਰ ਗਿੱਲ ਨੇ ਆਪਣਾ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਪ੍ਰੋਗਰਾਮ ਕਾਲਾ ਡੋਰੀਆ ਲਈ ਰਿਕਾਰਡ ਕੀਤਾ ਸੀ। ਅਮਰਿੰਦਰ ਗਿੱਲ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਜਿਵੇਂ ਕਿ ਅੰਗਰੇਜ਼, ਚੱਲ ਮੇਰਾ ਪੁੱਤ, ਲਾਹੌਰੀਆ, ਲਵ ਪੰਜਾਬ, ਅਸ਼ਕੇ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ ਤੇ ਉਹਨਾਂ ਦੀਆਂ ਸਾਰੀਆਂ ਫਿਲਮਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਨੰਬਰ 3, ਜਿਮੀ ਸ਼ੇਰਗਿੱਲ। ਜਿਮੀ ਸ਼ੇਰਗਿੱਲ ਇੱਕ ਬਹੁਤ ਹੀ ਸ਼ਾਨਦਾਰ ਅਭਿਨੇਤਾ ਨੇ ਜੋ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ। ਹਮੇਸ਼ਾ ਇੱਕ ਅਭਿਨੇਤਾ ਬਣਨ ਦੀ ਇੱਛਾ ਰੱਖਦੇ ਹੋਏ ਜਿਮੀ ਸ਼ੇਰਗਿੱਲ ਨੇ ਮਾਚਿਸ ਨਾਲ ਬਾਲੀਵੁੱਡ ਦੇ ਵਿੱਚ ਕਦਮ ਰੱਖਿਆ, ਪਰ ਉਹਨਾਂ ਨੂੰ ਸਭ ਤੋਂ ਪਹਿਲਾਂ ਯਸ਼ਰਾਜ ਪ੍ਰੋਡਕਸ਼ਨ ਦੇ ਅਧੀਨ ਸੰਗੀਤਕ ਰੋਮਾਂਸ ਮੁਹੱਬਤ ਦੇ ਵਿੱਚ ਕੰਮ ਮਿਲਿਆ ਅਤੇ 2005 ਦੇ ਵਿੱਚ ਫਿਲਮ ਯਾਰਾਂ ਨਾਲ ਬਹਾਰਾਂ ਨਾਲ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਤਾਂ ਜਿਮੀ ਸ਼ੇਰਗਿੱਲ ਦੀ ਇਸ ਅਦਾਕਾਰੀ ਨੂੰ ਲੋਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ। ਨੰਬਰ 4, ਗਿੱਪੀ ਗਰੇਵਾਲ। ਗਿੱਪੀ ਗਰੇਵਾਲ ਕਈ ਗੁਣਾਂ ਦੇ ਮਾਲਕ ਨੇ। ਉਹ ਇੱਕ ਗਾਇਕ, ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਵੀ ਹਨ। ਉਹ ਪੰਜਾਬ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਬਹੁਤ ਮਸ਼ਹੂਰ ਅਦਾਕਾਰ ਨੇ। ਗਿੱਪੀ ਗਰੇਵਾਲ ਨੇ ਬਾਲੀਵੁੱਡ ਦੇ ਵਿੱਚ ਆਪਣੀ ਸ਼ੁਰੂਆਤ ਫਿਲਮ ਮੇਲ ਕਰਾ ਦੇ ਰੱਬਾ ਦੇ ਨਾਲ ਕੀਤੀ ਸੀ ਅਤੇ ਉਹਨਾਂ ਦੀ ਕਈ ਹੋਰ ਪ੍ਰਸਿੱਧ ਫਿਲਮਾਂ ਦੇ ਵਿੱਚੋਂ ਕੈਰੀ ਔਨ ਜੱਟਾ, ਭਾਜੀਨ, ਪ੍ਰੋਬਲਮ ਅਤੇ ਲੱਕੀ ਦੀਆਂ ਲੱਕੀ ਸਟੋਰੀ ਸ਼ਾਮਲ ਨੇ ਅਤੇ ਉਹਨਾਂ ਦੀ ਸਾਰੀਆਂ ਫਿਲਮਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਨੰਬਰ 5, ਐਮੀ ਵਿਰਕ। ਐਮੀ ਵਿਰਕ ਇੱਕ ਭਾਰਤੀ ਗਾਇਕ, ਅਦਾਕਾਰ ਅਤੇ ਨਿਰਮਾਤਾ ਹਨ ਜੋ ਕਿ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਵਿੱਚ ਕੰਮ ਕਰਦੇ ਹਨ। ਉਹਨਾਂ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਇਤਿਹਾਸਕ ਰੋਮਾਂਸ ਵਾਲੀ ਪੰਜਾਬੀ ਫਿਲਮ ਅੰਗਰੇਜ਼ ਦੇ ਵਿੱਚ ਹਾਕਮ ਦੀ ਭੂਮਿਕਾ ਨਾਲ ਕੀਤੀ ਸੀ, ਜਿਸ ਵਿੱਚ ਉਹਨਾਂ ਨੂੰ PTC ਪੰਜਾਬੀ ਫਿਲਮ ਅਵਾਰਡ ਵਿੱਚ ਸਰਬੋਤਮ ਡੈਬਿਊ ਐਕਟ ਅਭਿਨੇਤਾ ਪੁਰਸਕਾਰ ਵੀ ਜਿੱਤਿਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਅਰਦਾਸ, ਨਿੱਕਾ ਜੈਲਦਾਰ, ਲੌਂਗ ਲੈਚੀ ਅਤੇ ਕਿਸਮਤ ਸਮੇਤ ਹੋਰ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਜੋ ਕਿ ਲੋਕਾਂ ਵੱਲੋਂ ਉਹਨਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਤੇ ਤੁਸੀਂ ਸਾਨੂੰ ਦੱਸੋ ਕਿ ਟੌਪ 5 ਐਕਟਰ ਦੇ ਵਿੱਚ ਤੁਹਾਨੂੰ ਕਿਹੜੇ ਐਕਟਰ ਦੀ ਸਭ ਤੋਂ ਜ਼ਿਆਦਾ ਮੂਵੀ ਦੀ ਉਡੀਕ ਰਹਿੰਦੀ ਹੈ। ਤੇ ਇਸ ਦੇ ਨਾਲ ਹੀ ਮੈਨੂੰ ਹਰਪ੍ਰੀਤ ਕੌਰ ਨੂੰ ਦੋ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ 5 ਤਰੀਆ ਨਿਊਜ਼ ਐਂਟਰਟੇਨਮੈਂਟ।